ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ 'ਚ ਮੈਂ ਪਹਿਲਾਂ ਦੋ ਵੀਡੀਓ ਬਣਾਈਆਂ, ਫਿਰ ਤੁਸੀਂ ਸੋਰੀ ਦੇਖਿਓ ਵੀਡੀਓ, ਮੇਰੇ ਲਾਈਕ ਕਰਿਓ, ਸਬਸਕ੍ਰਾਈਬ ਕਰੋ ਜੇ ਇਹ ਜੇ ਨਹੀਂ ਕੀਤਾ। ਸੋ ਇਹ ਵੀਡੀਓ ਹੁਣ ਮੈਂ ਗੱਲ ਕਰੂੰਗਾ ਕਰਤਾਰ ਸਿੰਘ ਜੀ ਬਾਰੇ। ਸੰਤ ਕਰਤਾਰ ਸਿੰਘ ਜੀ ਜਦੋਂ ਉਹਨੂੰ ਦਰਸ਼ਨ ਹੋਏ, ਸੋ ਇੱਕ ਸੀਗੇ ਭਾਈ ਯਾਗਰ ਸਿੰਘ, ਹੈ ਨਾ, ਉਹ ਸੰਤ ਕਰਤਾਰ ਸਿੰਘ ਦੇ ਭੂਆ ਦੇ ਮੁੰਡੇ ਸੀਗੇ। ਭਾਈ ਯਾਗਰ ਸਿੰਘ ਉਹ ਵੱਡੇ ਮਹਾਂਪੁਰਸ਼ ਨਾਲ ਪ੍ਰੇਮ ਕਰਦੀ ਸੀਗੀ, ਸਾਡੇ ਗੁਰਬਚਨ ਸਿੰਘ ਖਾਲਸਾ ਨਾਲ ਉਹਨਾਂ ਦੀ ਪ੍ਰੇਮੀ ਸੀਗੀ, ਉਹਨਾਂ ਨੂੰ ਜਾਣਾ ਆਉਣਾ ਮਿਲਣਾ, ਹੈ ਨਾ। ਸੋ ਭਾਈ ਯਾਗਰ ਸਿੰਘ ਉਹਨਾਂ ਦਾ ਨਾਮ ਤਾਂ ਛਕਿਆ ਸੀਗਾ, ਟਕਸਾਲ 'ਚ ਜਾਣ ਦਿੰਦੇ ਸੀਗੇ, ਮਨ ਵੀ ਟਿਕਿਆ ਸੀਗਾ, ਬਾਣੀ ਵੀ ਪੜ੍ਹਤੀ, ਬੰਦ ਗਿਲ ਸੀਗੇ। ਸੋ ਸੰਤ ਕਰਤਾਰ ਸਿੰਘ ਜੀ ਪਹਿਲਾਂ ਜਦੋਂ 8ਵੀਂ 9ਵੀਂ ਕਲਾਸ 'ਚ ਸੀਗੇ, ਉਹਨਾਂ ਨੇ ਸਕੂਲ ਜਾਂਦੇ ਜਾਂਦਿਆਂ ਨੇ ਉਹਨਾਂ ਨੇ 5 ਗ੍ਰੰਥੀ ਕਰ ਦੇਣੀ, ਜਿੰਨੀ ਰਹਿੰਦੀ ਸੀਗੀ, ਜਿੰਨੀ ਹੋ ਜਾਂਦੀ ਕਰ ਲੈਂਦੇ ਸੀਗੇ, ਘੰਟੇ ਘੰਟਾ ਲੱਗਦਾ ਸੀਗਾ। ਉਦੋਂ ਗੱਡੀਆਂ ਗੁੱਡੀਆਂ ਸਾਈਕਲਾਂ ਸਾਈਕਲ ਹੋਣੇ, ਪਰ ਗੱਡੀਆਂ ਗੁੱਡੀਆਂ ਥੋੜ੍ਹੀ ਸੀਗੀਆਂ, ਤੁਰ ਕੇ ਜਾਣਾ ਪੈਂਦਾ ਸੀਗਾ ਤੁਰ ਕੇ। ਸੋ ਫਿਰ ਜਦੋਂ ਸਕੂਲ ਆਉਂਦੇ ਸੀਗੇ 25 ਡਾਕਟਰੀ ਸਭ ਕਰਨੇ, ਅਤੇ ਉਹਨਾਂ ਨੂੰ ਘੰਟਾ ਲੱਗ ਜਾਂਦਾ ਸੀਗਾ ਉੱਥੇ ਹਰਿਮੰਦਰ ਸਾਹਿਬ ਜਾਣ ਨੂੰ। ਹਰਿਮੰਦਰ ਸਾਹਿਬ ਘੰਟਾ ਬੈਠਦੇ ਸੀਗੇ, ਕਥਾ ਕੀਰਤਨ ਹੁੰਦੇ ਸੀਗੇ, ਤਾਂ ਉੱਥੇ 25 ਡਾਕਟਰੀ ਸਭ ਕਰ ਦਿੰਦੇ ਹੋਣੇ ਆ 2 ਘੰਟਿਆਂ ਤੋਂ 1 ਘੰਟਿਆਂ 'ਚ। ਜਿਹੜੇ ਬ੍ਰਾਹਮਣ ਨੇ ਸਾਧ ਹੁੰਦੇ ਆ, ਇਹ ਗੁਰੂ ਜੀ ਦੇ ਭੇਜੇ ਹੋਏ ਹੁੰਦੇ ਆ। ਸੰਤ ਈਸ਼ਟਰ ਸਿੰਘ ਜੀ ਦਾ 13 ਸਾਲਾਂ ਦੇ ਸੀਗੇ, ਸੰਤ ਕਰਤਾਰ ਸਿੰਘ ਜੀ ਵੀ 13 ਦੇ ਹੀ ਹੋਣੇ ਆ 8ਵੀਂ ਕਲਾਸ 'ਚ 13 ਦੇ ਹੁੰਦੇ ਨਿਆਣੇ, 14 ਦੇ। ਸੰਤ ਈਸ਼ਟਰ ਸਿੰਘ ਜੀ 13 ਦੇ ਸੀਗੇ ਜਦੋਂ ਉਹ 1 ਵਜੇ ਉੱਠਣ ਲੱਗ ਪਏ, ਅਤੇ ਪਹਿਲਾਂ ਛੋਟੇ ਹੁੰਦੇ ਉਹ ਪੌੜੀਆਂ 'ਤੇ ਉੱਥੇ ਕਿਤੇ ਬਹਿ ਕੇ, ਹੈ ਨਾ, ਉੱਥੇ ਬਾਣੀ ਪੜ੍ਹਦੇ ਸੀਗੇ। ਫਿਰ ਘਰਦਿਆਂ ਨੂੰ ਫਿਰ ਜਿੰਨਾ ਔਖਾ ਹੁੰਦਾ ਸੀਗਾ, ਉਹਨਾਂ ਦੀ ਖੇਚੜ ਪੈਂਦੀ ਸੀਗੀ। ਫਿਰ ਉਹ ਕਿਤੇ ਜਾਣ ਲੱਗ ਪਏ, ਪਹਿਲਾਂ ਦੂਰ ਕਿਤੇ, ਫਿਰ ਇਸ਼ਨਾਨ ਕਰਕੇ ਜਦੋਂ 2 ਵੱਜਾਂ ਨੇ, ਉਹਨਾਂ ਨੇ ਮੂਲ ਮੰਤਰ ਸ਼ੁਰੂ ਕਰ ਦੇਣਾ, 5 ਘੰਟੇ ਗੁਰਮੰਤਰ ਮੂਲ ਮੰਤਰ ਕਰਨਾ। ਫਿਰ ਘਰ ਆ ਕੇ 5 ਬਾਣੀਆਂ ਪੜ੍ਹਨੀਆਂ, 22 ਮਿੰਟਾਂ 'ਚ ਸੁਖਮਨੀ ਸਾਹਿਬ, ਸੁਖਮਨੀ ਸਾਹਿਬ 5 ਸੁਖਮਨੀ ਸਾਹਿਬ 22 ਮਿੰਟਾਂ 'ਚ ਕਰਦੇ ਨੇ, 5 ਸੁਖਮਨੀ ਸਾਹਿਬ ਨੂੰ 5 ਘੰਟੇ ਲੱਗ ਜਾਂਦੇ ਆ, ਉਹਨਾਂ ਨੇ 22 ਮਿੰਟਾਂ 'ਚ ਹੀ ਕਰ ਦੇਣੇ। ਸੋ ਇਹਨਾਂ ਦੀ ਸੁਰਤ ਪਹਿਲੀ ਮਿੰਟ ਕਰਦੀ ਆ, ਉਪਸਥਾ ਜਿਹੜੀ ਬਣ ਗਈ ਸੀਗੀ 13 ਸਾਲਾਂ ਦੀ ਸੰਤ ਸੰਤ ਈਸ਼ਰ ਸਿੰਘ ਜੀ ਦੀ। ਸੋ ਸੰਤ ਕਰਤਾਰ ਸਿੰਘ ਜੀ ਦੀ ਗੱਲ, ਉਹ ਫਿਰ ਜਿਹੜੇ ਭਾਈ ਉਹ ਯਾਗਰ ਸਿੰਘ ਸੀਗੇ, ਉਹ ਸੰਤ ਕਰਤਾਰ ਸਿੰਘ ਜੀ ਨੂੰ ਸੰਤ ਗੁਰਬਚਨ ਸਿੰਘ ਜੀ ਕੋਲ ਲੈ ਕੇ ਗਏ। ਫਿਰ ਕਹਿੰਦੇ ਵੀ ਇਹਨਾਂ ਨੇ ਅੰਮ੍ਰਿਤ ਛਕਣਾ, ਫਿਰ ਸੰਤ ਗੁਰਬਚਨ ਸਿੰਘ ਜੀ ਨੇ 5 ਗ੍ਰੰਥੀ 25 ਜਪਤੀ ਜਦ ਇੱਦਾਂ ਕਰੋ ਸਾਲ, ਹੈ ਨਾ। ਫਿਰ ਕਹਿੰਦੇ ਫਿਰ ਅੰਮ੍ਰਿਤ ਛਕਾਵਾਂਗੇ, ਪਹਿਲਾਂ ਇੱਦਾਂ ਨਹੀਂ ਅੰਮ੍ਰਿਤ ਛਕਾ ਦਿੰਦੇ ਸੀਗੇ, ਸਿੱਖੀ ਇੰਨੀ ਇੱਦਾਂ ਨਹੀਂ ਮਿਲ ਜਾਂਦੀ। ਸੰਤ ਬਰਿਆਮ ਸਿੰਘ ਜੀ ਰਤਵਾਲਾ ਸਾਹਿਬ ਵਾਲੇ ਕਹਿੰਦੇ ਆ, ਕਹਿੰਦੇ ਪਹਿਲਾਂ ਹੁਣ ਤਾਂ ਸਿੱਧੀ ਜਾਂਦੀ ਵੀ ਅੰਮ੍ਰਿਤ ਛਕੋ ਜੀ, ਅੰਮ੍ਰਿਤ ਛਕੋ ਜੀ, ਅੰਮ੍ਰਿਤ ਛਕੋ। ਕਹਿੰਦੇ ਪਹਿਲਾਂ ਮਹਾਂਪੁਰਸ਼ ਕਹਿੰਦੇ ਸੀਗੇ, ਕਹਿੰਦੇ 6 ਮਹੀਨੇ 'ਚ 1.25 ਲੱਖ ਤਾਂ ਛੇਤੀ ਹੋ ਜਾਂਦਾ ਮੂਲ ਮੰਤਰ, 5-5 ਲੱਖ ਕਰਵਾਉਂਦੇ ਸੀਗੇ ਉਦੋਂ। ਇੱਦਾਂ ਪੁਰਾਣੇ ਸਮੇਂ ਇੱਦਾਂ ਕਹਿੰਦੇ ਹੁੰਦੇ ਸੀਗੇ ਮਹਾਂਪੁਰਸ਼ ਕਹਿੰਦੇ। ਨਾਲੇ ਸੰਤ ਬਰਿਆਮ ਸਿੰਘ ਜੀ ਇਹ ਵੀ ਗੱਲ ਹੈ ਇੱਕ, ਉਹ ਫਿਰ ਕਹਿੰਦੇ ਸੀਗੇ ਵੀ ਕਹਿੰਦੇ ਵੀ ਪਹਿਲਾਂ ਮਹਾਂਪੁਰਸ਼ ਕਹਿੰਦੇ ਹੁੰਦੇ ਵੀ ਪਹਿਲਾਂ 5 ਬਾਣੀਆਂ ਯਾਦ ਕਰ ਲਓ, ਹੋਰ ਜਿੰਨਾ ਪੜ੍ਹਦੇ ਆ ਯਾਦ ਕਰ ਦਿਓ, ਹੈ ਨਾ। ਫਿਰ ਕਹਿੰਦੇ ਆਸਾ ਦੀ ਵਾਸਤੇ ਸੁਖਨੇ ਦਾ ਵੀ ਸ਼ੁਰੂ ਕਰ ਦਿਓ, ਉਹ ਪੜ੍ਹੀ ਜਾਓ। ਫਿਰ ਕਹਿੰਦੇ ਮਹਾਂਪੁਰਸ਼ ਪੁੱਛਦੇ ਵੀ ਸ਼ੌਂਕ ਗਿਆ ਮਾ, ਕਹਿੰਦੇ ਫਿਰ ਕਹਿੰਦੇ ਹਾਂਜੀ। ਫਿਰ ਕਹਿੰਦੇ ਮਹਾਂਪੁਰਸ਼ ਕਹਿੰਦੇ ਵੀ ਇੱਕ ਓਅੰਕਾਰ ਸਤਨਾਮ ਕਰਤਾ ਪੁੱਛਦੇ ਧੰਨ ਕਰ ਕਾਲ ਮੂਰਤ ਜੁਨੀ ਸਹਿ ਭੰਗ ਗੁਰ ਪ੍ਰਸਾਦ ਜਪਾਲ ਸੱਚ ਜੁਗਾਦ ਗਜ ਹੈਪੀ ਸੱਚ ਨਾਨਕ ਉਸੀ ਧੀ ਸੱਚ। ਫਿਰ ਮਹਾਂਪੁਰਸ਼ ਕਹਿੰਦੇ ਵੀ ਇਹਦੀ ਉਮਰ ਦੇ ਵਿੱਚ ਉੱਠ ਕੇ 10 ਮਾਲਾ ਵਿਰਿਆ ਕਰੂ, ਜਿਹਨਾਂ ਦਾ ਜੀ ਕਰਦਾ ਪਰਮੇਸ਼ਰ ਦੇ ਦਰਸ਼ਨ ਕਰਨ ਨੂੰ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਨੂੰ, ਉਹਨਾਂ ਲਈ, ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲਾ ਹੁੰਦਾ 12 ਵਜੇ ਤੋਂ ਲੈ ਕੇ 5 ਵਜੇ ਤੱਕ, 5 ਵਜੇ ਤੋਂ ਪਹਿਲਾਂ ਫਿਰ। ਸੋ ਜਿਹੜੇ ਸੰਤ ਕਰਤਾਰ ਸਿੰਘ ਜੀ ਨੇ 5 ਗ੍ਰੰਥੀ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਸ਼ੁਰੂ ਕਰਤੀ ਸੀਗੀ ਸੰਤ ਕਰਤਾਰ ਸਿੰਘ ਜੀ ਨੇ। ਸੋ ਜਿਹੜੇ ਭਾਈ ਯਾਗਰ ਸਿੰਘ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਉੱਥੇ। ਸੋ ਫਿਰ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਜਦੋਂ ਅੰਮ੍ਰਿਤ ਛਕ ਲਿਆ ਸੀਗਾ, 18 ਸਾਲਾਂ ਦੇ ਹੋਣੇ ਆ, ਉਹਨਾਂ ਨੇ ਫਿਰ ਪੁੱਛਿਆ ਸੰਤ ਗੁਰਬਚਨ ਸਿੰਘ, ਕਹਿੰਦੇ ਖੁਸ਼ੀ ਜਾ ਕੇ, ਕਹਿੰਦੇ ਮੰਗਲਾ ਕੀ ਮੰਗਦਾ ਸੰਤ ਗੁਰਬਚਨ ਸਿੰਘ ਜੀ, ਕਹਿੰਦੇ ਸੰਤ ਕਰਤਾਰ ਸਿੰਘ ਕਹਿੰਦੇ ਬਾਬਾ ਜੀ ਦਰਸ਼ਨ ਕਰਾ ਦਿਓ ਸੰਤ ਗੁਰਬਚਨ। ਸੰਤ ਕਹਿੰਦੇ ਫਿਰ ਕਹਿੰਦੇ ਹਾਂ ਬਸ ਇੱਥੇ ਬੈਠਾ ਰਹੇ ਕਹਿੰਦੇ ਇੱਥੇ, ਕਹਿੰਦੇ ਨਾਮ ਸਿਮਰਨ ਕਰ, ਵਾਹਿਗੁਰੂ ਸਤਨਾਮ ਵਾਹਿਗੁਰੂ ਕਰ। ਫਿਰ ਇੱਦਾਂ ਕੀਤਾ, ਫਿਰ ਟੱਕ 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 ਘੋੜੇ ਦੀ ਆਵਾਜ਼ ਆਈ, ਗੁਰੂ ਗੋਬਿੰਦ ਸਿੰਘ ਜੀ ਆਏ ਦਰਸ਼ਨ ਦੇਣ ਨੂੰ ਸੰਤ ਗੁਰਬਚਨ ਸਿੰਘ ਜੀ। ਕਹਿੰਦੇ ਖੋਲਾ ਅੱਖਾਂ, ਫਿਰ ਕਹਿੰਦੇ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੀ ਗੁਰੂ ਗੋਬਿੰਦ ਸਿੰਘ ਨੂੰ ਫਤਿਹ ਬੁਲਾਈ। ਫਿਰ ਗੁਰੂ ਗੋਬਿੰਦ ਸਿੰਘ ਤਿੰਨ ਮਿੰਟ ਦਰਸ਼ਨ ਕੀਤੇ, ਹਾਂਜੀ। ਸੋ 2-3 ਮਿੰਟ ਫਿਰ ਉਹਨਾਂ ਨੇ ਦਰਸ਼ਨ ਕੀਤੇ ਸੰਤ ਕਰਤਾਰ ਸਿੰਘ ਜੀ ਨੇ, ਫਿਰ ਗੁਰੂ ਜੀ ਚੱਲ ਗਏ। ਸੋ ਇੱਦਾਂ ਸੰਤ ਕਰਤਾਰ ਸਿੰਘ ਜੀ ਨੂੰ ਦਰਸ਼ਨ ਹੋਏ, ਉਹਨਾਂ ਤੋਂ ਬਹੁਤ ਛੋਟੀ ਉਮਰ 'ਚ ਦਰਸ਼ਨ ਹੋ ਗਏ, ਕਈ ਵਾਰ ਇੰਨੀ ਬੰਦਗੀ ਦੀ ਲੋੜ ਨਹੀਂ ਹੁੰਦੀ, ਸ਼ਾਂਤੀ ਕਰਾ ਦਿੰਦੇ ਆ ਸੰਤ ਮਹਾਤਮਾ ਜੀ, ਉਹਨਾਂ ਦੀ ਸੰਗਤ ਕਰਦੇ ਆ, ਪਰ ਫਿਰ ਵੀ ਬਾਣੀ ਤਾਂ ਪੜ੍ਹਦੀ ਆ। ਸੋ ਇਹ ਉਹਨਾਂ ਦੀ ਕਹਾਣੀ, ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।